ਪੂਰੇ ਆਲੂ ਨੂੰ ਤੁਸੀਂ ਆਰਾਮ ਨਾਲ ਯੂਜ਼ ਕਰ ਸਕਦੇ ਹੋ, ਸਾਰਿਆਂ ਨੂੰ ਆਦਤ ਹੁੰਦੀ ਹੋਣੀ ਹੈ ਠੰਡਾ ਬਹੁਤ ਹੈ ਇਹਦਾ, ਟੈਪ ਟੈਪ ਕਰਕੇ ਉਹਨੇ ਪੁੱਛੋ ਕਿਵੇਂ। ਸਤਿ ਸ਼੍ਰੀ ਅਕਾਲ ਜੀ, ਵੈਲਕਮ ਟੂ ਅਵਰ ਯੂਟਿਊਬ ਚੈਨਲ ਜੀ, ਦਾ ਨਾਮ ਹੈ ਅਮਨ ਜਸ ਵਲੌਗ। ਸੋ ਅਸੀਂ ਆ ਗਿਆ ਨਵੇਂ ਵਲੌਗ ਦੇ ਨਾਲ ਤੇ ਤੁਹਾਡਾ ਬਹੁਤ ਸਵਾਗਤ ਹੈ ਨਵੇਂ ਵਲੌਗ ਦੇ ਵਿੱਚ। ਹਾਂਜੀ, ਤੇ ਅੱਜ ਦੇ ਇਸ ਵਲੌਗ ਦੇ ਵਿੱਚ ਤੁਹਾਡੇ ਵੱਲੋਂ ਇੱਕ ਕੁਐਸਚਨ ਬਹੁਤ ਵਾਰ ਪੁੱਛਿਆ ਜਾ ਰਿਹਾ ਹੈ, ਆਪਾਂ ਉਹਦਾ ਰਿਪਲਾਈ ਕਰਨ ਆਏ ਆ। ਹਾਂਜੀ, ਸੋ ਉਹ ਕੁਐਸਚਨ ਹੈਗਾ ਕਿਹੜਾ ਆ? ਉਹ ਕੁਐਸਚਨ ਹੈਗਾ ਕਿ ਤੁਹਾਡੀ ਸਕਿਨ ਰੂਟੀਨ ਕੀ ਹੈ। ਸਕਿਨ ਕੇਅਰ ਰੂਟੀਨ ਬਾਰੇ ਤੁਸੀਂ ਬਹੁਤ ਪੁੱਛਦੇ ਪਏ ਹੋ, ਕੋਈ ਕਹਿ ਰਿਹਾ ਆ ਨਾਈਟ ਸਕਿਨ ਕੇਅਰ ਰੂਟੀਨ ਬਾਰੇ ਦੱਸੋ, ਕੋਈ ਕਹਿ ਰਿਹਾ ਆ ਡੇ ਕੇਅਰ ਬਾਰੇ ਦੱਸੋ, ਹੈ ਨਾ, ਕੋਈ ਕਹੀ ਜਾਂਦਾ ਹੈ ਵੀ ਤੁਹਾਡੀ ਸਕਿਨ ਗਲੋ ਕਰਦੀ ਆ, ਕਿਉਂ ਕਰਦੀ ਆ, ਕਿਵੇਂ ਕਰਦੀ ਆ, ਕੀ ਪ੍ਰੋਡਕਟਸ ਤੁਸੀਂ ਯੂਜ਼ ਕਰਦੇ ਹੋ? ਥੈਂਕ ਯੂ ਥੈਂਕ ਯੂ, ਮੈਨੂੰ ਪਤਾ ਮੇਰੀ ਸਕਿਨ ਬਹੁਤ ਜ਼ਿਆਦਾ ਗਲੋ ਕਰਦੀ ਆ। ਤੁਹਾਨੂੰ ਪੁੱਛਿਆ ਕਿਸੇ ਨੇ? ਹਾਂਜੀ, ਮੈਨੂੰ ਪੁੱਛਿਆ ਸੀ। ਨਹੀਂ, ਚਲੋ ਦੱਸ ਦਿਓ। ਤੇ ਮੈਂ ਤੁਹਾਨੂੰ ਦੱਸੂਗਾ ਅੱਜ ਸਾਰੀ ਵੀਡੀਓ ਦੇ ਵਿੱਚ, ਜਿੰਨਾ ਵਲੌਗ ਬਣੂਗਾ ਤੁਹਾਨੂੰ ਸਕਿਨ ਬਾਰੇ ਨੌਲੇਜ ਦਿੱਤੀ ਜਾਊਗੀ। ਅੱਜ ਬਸ ਇਹਨਾਂ ਨੇ ਸਕਿਨ ਦੇ ਫੱਟੇ ਚੱਕ ਦੇਣੇ ਆ, ਫੱਟੇ ਚੱਕ ਦੇਣੇ, ਅਸੀਂ ਫੱਟਿਆਂ ਨਾਲ ਸਕਿਨ ਕੇਅਰ ਕਰਦੇ ਆ ਆਪਣੀ। ਤੇ ਵਲੌਗ ਨੂੰ ਲਾਸਟ ਤੱਕ ਜ਼ਰੂਰ ਦੇਖਿਓ, ਵਲੌਗ ਲਾਈਕ ਸ਼ੇਅਰ ਕਮੈਂਟ ਜੂਗਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਸਭ ਤੋਂ ਪਹਿਲਾਂ ਜਿਹੜਾ ਨੁਸਖਾ ਆ ਜਿਹੜਾ ਆਪਾਂ ਟਰਾਈ ਕਰ ਸਕਦੇ ਆ ਆਪਣੇ ਫੇਸ ਦੇ ਉੱਤੇ, ਉਹ ਹੈਗਾ ਆ ਆਲੂ। ਆਲੂ? ਹਾਂਜੀ, ਆਲੂ ਦੇ ਪਰਾਂਠੇ ਤਾਂ ਸੁਣੇ ਹੀ, ਇਹ ਨੁਸਖਾ ਕਿਹੜਾ ਹੋ ਗਿਆ? ਨੁਸਖਾ ਨਹੀਂ ਹੁੰਦਾ, ਨੁਸਖਾ ਹੁੰਦਾ ਹੈ। ਅੱਛਾ, ਨੁਸਖਾ। ਅੱਛਾ ਅੱਛਾ, ਨੁਸਖਾ ਨੁਸਖਾ। ਹਾਂ, ਆਲੂ ਕੀ ਕਰਦਾ ਆ, ਜਿੱਦਾਂ ਫੇਸ 'ਤੇ ਨਾ ਡਾਰਕ ਸਰਕਲਸ ਹੋਏ ਹੁੰਦੇ ਆ ਜਾਂ ਆਈਜ਼ ਦੇ ਅੰਡਰ ਇੱਥੇ ਬਲੈਕਨੈਸ ਹੋਈ ਹੁੰਦੀ ਆ, ਹੈ ਨਾ, ਤੁਹਾਡੇ ਬਲੈਮਿਸ਼ਿਜ਼ ਵਗੈਰਾ ਹੋਏ ਹੁੰਦੇ ਆ, ਤਾਂ ਆਲੂ ਨੂੰ ਤੁਸੀਂ ਇੱਦਾਂ ਕੱਟੋ, ਠੀਕ ਹੈ, ਜਿਹੜਾ ਇਹਦਾ ਜੂਸ ਨਿਕਲਦਾ ਨਾ ਵਿੱਚੋਂ, ਇਹਨੂੰ ਕੁੱਕਰ 'ਚ ਪਾ ਲਓ। ਕੁੱਕਰ ਦੇ ਨਹੀਂ ਪਾਣਾ, ਫੇਸ ਦੇ ਉੱਤੇ ਮਸਾਜ ਕਰਨੀ ਹੈ ਇਹਦੀ, ਤੇ ਇਹਦੇ ਨਾਲ ਨਾ ਜਿੰਨੀ ਵੀ ਡਾਰਕ ਸਕਿਨ ਹੋਗੀ ਉਹ ਰਿਮੂਵ ਹੋ ਜੂਗੀ, ਪਿਗਮੈਂਟੇਸ਼ਨ ਠੀਕ ਹੋ ਜੂਗਾ, ਹੈ ਨਾ, ਤੇ ਵੈਸੇ ਵੀ ਜਿਹੜੀ ਓਇਲੀ ਸਕਿਨ ਹੁੰਦੀ ਹੈ ਨਾ ਉਹਨੂੰ ਵੀ ਕੰਟਰੋਲ ਕਰਨ 'ਚ ਹੈਲਪ ਕਰਦਾ ਆ। ਅਤੇ ਜਿੱਦਾਂ ਇਹਦਾ ਆਲੂ ਹੋ ਗਿਆ, ਹੈ ਨਾ, ਇਹਦੇ ਨਾਲ ਹੀ ਨਾ ਟਮਾਟਰ ਵੀ ਯੂਜ਼ ਕਰ ਸਕਦੇ ਹੋ, ਟਮਾਟਰ ਨੂੰ ਵੀ ਇੱਦਾਂ ਕੱਟ ਕੇ ਨਾ ਤੁਸੀਂ ਆਪਣੇ ਫੇਸ 'ਤੇ ਮਸਾਜ ਕਰ ਸਕਦੇ ਹੋ ਚੰਗੀ ਤਰ੍ਹਾਂ, ਉਹਦੇ ਨਾਲ ਜਿਹੜੇ ਇਹਦੀ ਓਇਲੀ ਸਕਿਨ ਹੁੰਦੀ ਹੈ ਨਾ ਉਹਨਾਂ ਲਈ ਤਾਂ ਬਹੁਤ ਹੀ ਬੈਨੀਫਿਟ ਹੁੰਦਾ ਆ ਉਹਦਾ। ਓਕੇ, ਹਾਂ, ਅਤੇ ਦੂਜੀ ਗੱਲ ਇਹ ਹਾਸੇ ਦਾ ਪਾਉਂਦੇ ਰਹਿੰਦੇ ਆ, ਹੈ ਨਾ, ਇਹ ਚੀਜ਼ਾਂ ਇਹ ਨਹੀਂ ਕਰਦੇ ਹੈਗੇ, ਵੈਸੇ ਬੋਇਜ਼ ਵੀ ਕਰ ਸਕਦੇ ਆ, ਕੋਈ ਇੱਦਾਂ ਦੀ ਦਿੱਕਤ ਵਾਲੀ ਗੱਲ ਨਹੀਂ ਹੈ, ਨਾ, ਕੋਈ ਵੀ ਯੂਜ਼ ਕਰ ਸਕਦਾ ਆਪਣੀ ਸਕਿਨ 'ਤੇ, ਕਿਉਂਕਿ ਇਹ ਨੈਚੁਰਲ ਆ, ਇਹ ਨੈਚੁਰਲ ਆ, ਤਾਂ ਇਸ ਕਰਕੇ ਇਹਨਾਂ ਨੇ ਕਿਸੇ ਨੂੰ ਵੀ ਸਾਈਡ ਇਫੈਕਟ ਨਹੀਂ ਕਰਨਾ। ਔਰ ਇੱਕ ਚੀਜ਼ ਮੈਂ ਹੋਰ ਤੁਹਾਨੂੰ ਕਹਿਣਾ ਚਾਹੂੰਗੀ ਵੀ ਜਿੰਨੇ ਤੁਸੀਂ ਨੈਚੁਰਲ ਪ੍ਰੋਡਕਟ ਯੂਜ਼ ਕਰੋਗੇ ਨਾ ਉਨੀ ਤੁਹਾਡੀ ਸਕਿਨ ਵਧੀਆ ਰਹੂਗੀ, ਜੇ ਤੁਸੀਂ ਆਰਟੀਫਿਸ਼ੀਅਲ ਕਰੀਮਸ ਹੋ ਗਈਆਂ ਜਿੱਦਾਂ, ਹੈ ਨਾ, ਜਾਂ ਫਿਰ ਹੋਰ ਆਪਾਂ ਕਿੰਨਾ ਕੁਛ ਕਰਦੇ ਹਾਂ, ਉਹ ਚੀਜ਼ਾਂ ਨੂੰ ਘੱਟ ਯੂਜ਼ ਕਰੋਗੇ ਤਾਂ ਜ਼ਿਆਦਾ ਵਧੀਆ ਰਹੂਗਾ। ਮੈਡੀਸਿਨ ਵੀ ਕਰਾ ਵਾਲੀ। ਹਾਂ, ਤੇ ਮੈਂ ਮਸਾਜ ਕਰਕੇ ਦਿਖਾਵਾਂ ਹੁਣ? ਦਿਖਾਓ। ਕੈਮਰਾ ਆਪਣੇ ਵੱਲ ਕਰਿਓ। ਮੈਂ ਨਹੀਂ ਕਰਾਣੇ? ਨਹੀਂ, ਤੁਹਾਡੇ ਥੋੜੀ ਕਰਨੀ, ਕਰੋ ਤਾਂ ਸਹੀ, ਦੋਨੋਂ ਇਕੱਠੇ ਖੜਾਂਗੇ ਨਾ ਆਪਾਂ। ਓਕੇ ਓਕੇ। ਸਾਰਿਆਂ ਨੂੰ ਸੈਂਪਲ ਚਾਹੀਦਾ ਸੀਗਾ ਨਾ, ਹੈ ਨਾ, ਸੈਂਪਲ ਚਾਹੀਦਾ ਸਾਰਿਆਂ ਨੂੰ, ਤੇ ਮੈਂ ਕਰਕੇ ਦਿਖਾਨੀ ਆ ਸਟੈਚੂ। ਮੇਰੇ ਸਟੈਚੂ ਹੋ ਤੁਸੀਂ ਏਦਾਂ ਕਰਕੇ, ਹਾਂ ਹਾਂ, ਠੀਕ ਹੈ, ਹੁਣ ਪੈਣਾ ਯਾਰ ਮੈਨੂੰ, ਮਾਹ ਏਦਾਂ ਕਰਕੇ ਨਾ, ਚੁੱਪ ਕਰੋ, ਏਦਾਂ ਕਰਕੇ ਨਾ ਚੰਗੀ ਤਰ੍ਹਾਂ ਮਸਾਜ ਕਰ ਲੈਣੀ ਹੈ। ਔਰ ਜਿੱਦਾਂ ਜਿਹੜਾ ਟਮਾਟਰ ਵਾਲਾ ਨੁਸਖਾ ਦੱਸਿਆ ਮੈਂ ਤੁਹਾਨੂੰ, ਉਹ ਵੀ ਏਦਾਂ ਹੀ ਕਰ ਸਕਦੇ ਤੁਸੀਂ। ਔਰ ਇਹਨੂੰ ਜਿੱਦਾਂ ਤੁਸੀਂ ਹੁਣ ਇਹਦੇ 'ਚੋਂ ਜੂਸ ਜਿਹਾ ਖਤਮ ਹੋ ਜਾਂਦਾ, ਹੈ ਨਾ, ਜਦੋਂ ਆਪਾਂ ਮਸਾਜ ਕਰਦੇ ਹਾਂ, ਇਹਨੂੰ ਉੱਪਰੋਂ ਹੋਰ ਕੱਟ ਦਿਓ, ਮਤਲਬ ਪੂਰੇ ਆਲੂ ਨੂੰ ਤੁਸੀਂ ਆਰਾਮ ਨਾਲ ਯੂਜ਼ ਕਰ ਸਕਦੇ ਹੋ। ਯਾਰ ਮੈਂ ਆਲੂ ਨਹੀਂ ਲਾਇਆ ਕਰੀ, ਮੂੰਹ ਤੇ ਖਾਦੇ ਹੀਗੇ ਆਲੂ। ਇਹ ਲਾ ਵੀ ਸਕਦੇ ਆ ਨਾ, ਲਾਣੇ ਵੀ ਵਧੀਆ ਹੁੰਦੇ ਆ। ਸੋ ਇਹ ਮੇਰੇ ਵਾਲ ਨਾ ਗੰਦੇ ਕਰੀ ਜਾਓ। ਇਹ ਅੱਜ ਮੈਂ ਮਾਡਲ ਰੱਖੇ ਆ, ਜਿੰਨੇ ਵੀ ਅੱਜ ਮੈਂ ਤੁਹਾਨੂੰ ਸਕਿਨ ਕੇਅਰ ਰੂਟੀਨਸ ਬਾਰੇ ਦੱਸੂਗੀ, ਹੈ ਨਾ, ਉਹ ਸਾਰੇ ਅੱਜ ਇਹਨਾਂ ਤੇ ਅਪਲਾਈ ਕਰਕੇ ਦੱਸੂਗੀ ਮੈਂ। ਅੱਜ ਦੇ ਮੇਰੇ ਮਾਡਲ ਨੇ ਜਸ ਮੱਲੀ। ਮੈਂ ਵਲੌਗ ਬਣ ਕੇ ਭੱਜ ਜਾਣਾ ਘਰ ਚੋਂ। ਕਿੱਥੇ ਭੱਜ ਜਾਣਾ? ਮੈਂ ਘਰ ਛੱਡ ਜਾਣਾ। ਕਿਹਦੇ ਨਹੀਂ ਭੱਜ ਸਕਦੇ ਤੁਸੀਂ? ਯਾਰ ਨਾ ਕਰੋ, ਆ ਵੇਖੋ ਮੇਰੇ ਨਾ ਪਿੰਪਲ ਹੋ ਗਿਆ ਰੀਸੈਂਟਲੀ, ਅਸੀਂ ਬਾਹਰ ਗਏ ਨਾ ਤੁਹਾਨੂੰ। ਲੈ ਲਓ, ਇਹਨੂੰ ਵੀ ਕਰ ਦਿੰਦੇ ਆ। ਤੇ ਉਹ ਫਿਰ ਤਾਂ ਕਰਕੇ ਹੋ ਗਿਆ, ਬਟ ਮੈਂ ਬਹੁਤ ਕੇਅਰ ਕਰਦਾ ਯਾਰ, ਕਿਉਂ ਇਦਾਂ ਕਰ ਰਹੇ ਮੈਨੂੰ? ਮੈਂ ਦੱਸਦੀ ਇਹ ਆਪਣੀ ਕੇਅਰ, ਆਪਣੀ ਕੇਅਰ ਕੀ ਕਰਦੇ ਇਹ ਵੀ ਤੁਹਾਨੂੰ ਦੱਸ ਦਿੰਦੀ ਆ।
ਇੱਕ ਤਾਂ ਇਹ ਫੇਸ ਵਾਸ਼ ਹੈ ਨਾ ਇਹਨਾਂ ਦਾ ਮੈਨਸ ਵਾਲਾ ਆ ਉਹ ਯੂਜ਼ ਕਰਦੇ ਆ, ਅਤੇ ਦੂਜੀ ਗੱਲ ਕੁਛ ਕੁਛ ਚੀਜ਼ਾਂ ਆ ਜਿਹੜੀਆਂ ਮੈਂ ਆਪਣੇ ਫੇਸ 'ਤੇ ਅਪਲਾਈ ਕਰਦੀ ਹਾਂ ਤਾਂ ਇਹਨਾਂ ਦੇ ਫੇਸ 'ਤੇ ਵੀ ਅਪਲਾਈ ਕਰ ਦਿੰਦੀ ਹਾਂ। ਸੋ ਤੁਸੀਂ ਵੀ ਇੱਦਾਂ ਚਾਕੂ ਦੇ ਨਾਲ ਨਾ ਕੁਰੇਦ ਕੇ ਦੇਖ ਸਕਦੇ ਹੋ ਸਕਿਨ ਨੂੰ। ਕੋਈ ਕਮੈਂਟ ਨਹੀਂ ਆਇਆ। ਨੈਕਸਟ ਨੁਸਖਾ ਦੱਸਦੀ ਹੁਣ ਮੈਂ ਤੁਹਾਨੂੰ। ਦੂਜਾ ਨੁਸਖਾ, ਸਭ ਤੋਂ ਇੰਪੋਰਟੈਂਟ ਨੁਸਖਾ, ਉਹ ਮੈਂ ਤੁਹਾਨੂੰ ਦੱਸਦੀ ਹਾਂ, ਉਹ ਹੈਗਾ ਪਾਣੀ। ਪਾਣੀ ਤੁਸੀਂ ਜਿੰਨਾ ਜ਼ਿਆਦਾ ਪੀਓਗੇ ਓਨੀ ਹੀ ਤੁਹਾਡੀ ਸਕਿਨ ਗਲੋ ਕਰੂਗੀ। ਇਹ ਨਾ ਮੈਨੂੰ ਪਿਆਇਓ, ਉਹ ਆਲੂ ਜਿਹਾ ਮੇਰਾ ਮੂੰਹ ਤੇ ਮਲਤਾ, ਪਾਣੀ ਨਾ ਮੈਨੂੰ ਪਿਆਇਓ। ਇਹ ਮੈਂ ਵੀ ਪੀ ਲੈਣੀ, ਮੈਂ ਕਿਹਾ ਮੈਨੂੰ ਪਿਆਸ ਵੀ ਲੱਗ ਗਈ ਆ। ਬਾਕੀ ਚਲੋ ਇਹ ਇੱਦਾਂ ਦਾ ਨੁਸਖਾ ਆ ਜਿਹੜੇ ਹਰ ਇੱਕ ਬੰਦਾ ਕਰ ਹੀ ਸਕਦਾ, ਚਾਹੇ ਗਰਲਸ ਹੈ ਚਾਹੇ ਬੋਇਜ਼ ਆ। ਪਾਣੀ ਤਾਂ ਸਭ ਨੂੰ ਜ਼ਿਆਦਾ ਪੀਣਾ ਹੀ ਚਾਹੀਦਾ ਆ। ਇੱਕ ਚੀਜ਼ ਹੋਰ ਦੱਸਦੀ ਹਾਂ, ਜੇ ਮੰਨ ਲਓ ਤੁਹਾਡੇ ਤੋਂ ਇੱਦਾਂ ਹੈ ਨਾ ਪਾਣੀ ਨੋਰਮਲ ਨਹੀਂ ਪੀਤਾ ਜਾਂਦਾ, ਕਈਆਂ ਦਾ ਹੁੰਦਾ ਨਾ ਵੀ ਪਾਣੀ ਵਾਰ ਵਾਰ ਨਹੀਂ ਪੀ ਸਕਦੇ ਹੈਗੇ, ਜਿੱਦਾਂ ਮੈਂ ਵੀ ਹੈਗੀ ਹਾਂ, ਮੈਨੂੰ ਵੀ ਥੋੜ੍ਹਾ ਜਿਹਾ ਹੁੰਦਾ ਵੀ ਮੈਂ ਜ਼ਿਆਦਾ ਸਿੱਧਾ ਪਾਣੀ ਨਹੀਂ ਪੀ ਸਕਦੀ। ਸੋ ਤੁਸੀਂ ਕੱਚੀ ਲੱਸੀ ਬਣਾ ਕੇ ਪੀ ਲਓ। ਜੇ ਤੁਸੀਂ ਕੱਚੀ ਲੱਸੀ ਪੀਓਗੇ ਨਾ ਤਾਂ ਤੁਹਾਡੀ ਬਾਡੀ ਦੀ ਇੰਪਿਊਰਿਟੀਜ਼ ਵੀ ਖਤਮ ਹੁੰਦੀਆਂ ਆ ਔਰ ਫੇਸ 'ਤੇ ਗਲੋ, ਮਾਸ਼ਾ ਅੱਲਾ। ਠੀਕ ਹੈ, ਦੂਜਾ ਨੁਸਖਾ ਹੈਗਾ ਇਹ ਪਾਣੀ ਪੀ ਸਕਦੇ। ਅਤੇ ਘੱਟੋ ਘੱਟ ਵੀ ਤੁਸੀਂ ਦਿਨ 'ਚ 2 ਲੀਟਰ ਦਾ ਪੀਓ ਪੀਓ, ਹੈ ਨਾ। ਜੇ ਤੁਸੀਂ ਪੀ ਸਕਦੇ ਹੋ ਵੱਧ, 3 ਲੀਟਰ ਵੀ ਪੀ ਸਕਦੇ ਹੋ, 4 ਲੀਟਰ ਵੀ ਪੀ ਸਕਦੇ ਹੋ, ਤੁਹਾਡੇ 'ਤੇ ਡਿਪੈਂਡ ਹੈ ਕਿ ਕਿੰਨਾ ਪੀ ਸਕਦੇ ਹੋ। 2 ਲੀਟਰ ਨਾ ਮਿਨੀਮਮ ਆ, ਵੈਸੇ ਤਾਂ 5 ਤੋਂ 6 ਲੀਟਰ ਪਾਣੀ ਪੀਣਾ ਚਾਹੀਦਾ ਦਿਨ ਦੇ ਵਿੱਚ। 2 ਲੀਟਰ ਤਾਂ ਬਹੁਤ ਮਿਨੀਮਮ ਆ, ਨੋਰਮਲ ਜਿਹਾ ਆ, ਹੈ ਨਾ। ਸੋ 5 ਤੋਂ 6 ਲੀਟਰ ਕੋਸ਼ਿਸ਼ ਕਰੋ ਵੀ ਤੁਸੀਂ ਪੀਓ ਪਾਣੀ। ਅਤੇ ਜਿਹੜਾ ਇਹਨਾਂ ਦੇ ਫੇਸ ਦੇ ਗਲੋ ਆ ਜਾਂ ਮੇਰੇ ਗਲੋ ਆ, ਉਹਦਾ ਜ਼ਿਆਦਾ ਤੋਂ ਜ਼ਿਆਦਾ ਰਾਜ਼ ਹੈਗਾ ਆ ਪਾਣੀ। ਹਾਂ, ਪਾਣੀ ਤੋਂ ਇਲਾਵਾ ਅਸੀਂ ਨਿੰਬੂ ਪਾਣੀ, ਜਿੱਦਾਂ ਗਰਮੀਆਂ ਦੇ ਵਿੱਚ ਨਿੰਬੂ ਪਾਣੀ ਬਹੁਤ ਪੀਂਦੇ ਹਾਂ, ਉਹ ਵੀ ਬਹੁਤ ਅੱਛਾ ਹੁੰਦਾ ਆ। ਅਤੇ ਕੱਚੀ ਲੱਸੀ ਪੀ ਲਈਦੀ ਆ, ਅਤੇ ਜਾਂ ਫਿਰ ਅਸੀਂ ਨਾ ਰੂਹ ਅਫਜ਼ਾ ਜਿਹੜਾ ਉਹ ਪਾਣੀ ਦੇ ਵਿੱਚ ਮਿਕਸ ਕਰਕੇ ਔਰ ਨਿੰਬੂ ਪਾ ਕੇ ਉਹ ਰੂਹ ਅਫਜ਼ਾ ਵੀ ਕਾਫੀ ਪੀ ਲਈਦਾ ਆ, ਜਾਂ ਫਿਰ ਕੱਚੀ ਲੱਸੀ ਦੇ ਵਿੱਚ ਰੂਹ ਅਫਜ਼ਾ ਪਾ ਕੇ ਵੀ ਪੀਦਾ। ਸੋ ਇਹ ਬੈਸਟ ਤਰੀਕਾ ਹੈ ਸਕਿਨ ਨੂੰ ਗਲੋਇੰਗ ਰੱਖਣ ਦਾ। ਹੁਣ ਵਾਰੀ ਆਉਂਦੀ ਹੈ ਥਰਡ ਟਿਪ ਦੀ। ਥਰਡ ਟਿਪ ਹੈਗੀ ਹੈ ਕਿਊਕੰਬਰ ਮਸਾਜ। ਹਾਂ, ਖੀਰਾ ਕੱਟੋ, ਨਮਕ ਪਾਓ, ਨਿੰਬੂ ਪਾਓ, ਅਤੇ ਬਹੁਤ ਟੇਸਟੀ ਲੱਗਦਾ ਆ, ਬਹੁਤ ਹੀ ਮਜ਼ੇਦਾਰ ਲੱਗਦਾ। ਇਹਨੂੰ ਤੁਸੀਂ ਸੈਲਡ 'ਚ ਵੀ ਖਾ ਸਕਦੇ ਹੋ, ਸਿੰਪਲ ਇਕੱਲਾ ਵੀ ਖਾ ਸਕਦੇ ਹੋ, ਦਾਲ ਨਾਲ ਇਹ ਬਹੁਤ ਸਵਾਦ ਲੱਗਦਾ, ਸੁੱਕੀ ਸਬਜ਼ੀਆਂ ਵੀ ਖਾ ਸਕਦੇ ਹੋ। ਸੋ ਖੀਰਾ ਵਧੀਆ, ਖੀਰਾ ਖਾਓ, ਸੋ ਤੰਦਰੁਸਤ ਰਹੋ। ਵੈਸੇ ਬਹੁਤ ਵਧੀਆ ਸਲਾਹ ਦਿੱਤੀ, ਟਿਪ ਪੂਰੀ ਟਿਪ ਮੈਂ ਦੱਸਦੀ ਹਾਂ। ਵੈਸੇ ਇਹਨਾਂ ਨੇ ਵੀ ਬਹੁਤ ਵਧੀਆ ਸਲਾਹ ਦਿੱਤੀ ਵੀ ਖੀਰਾ ਜਿੰਨਾ ਖਾਓਗੇ ਉਹ ਵੀ ਬਹੁਤ ਵਧੀਆ ਹੁੰਦਾ ਆ। ਸੋ ਇਸ ਟਿਪ ਬਾਰੇ ਮੈਂ ਪ੍ਰੋਪਰਲੀ ਗਾਈਡ ਕਰਦੀ ਹਾਂ। ਮਾਡਲ ਸਾਹਿਬ ਲੇਟ ਜਾਓ ਬੈੱਡ 'ਤੇ, ਚਲੋ ਲੇਟੋ 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 ਜਲਦੀ। ਇਹ ਕਿਹੜਾ ਆ ਖੀਰਾ ਬਹਿ ਕੇ ਖਾਣ ਨੂੰ ਤਾਂ ਸੁਣਿਆ, ਲੰਮੇ ਬਹਿ ਕੇ ਕਿਹੜਾ ਖਾਂਦਾ। ਲੰਮੇ ਪਾ ਕੇ ਖਾਣਾ ਆਪਾਂ, ਚਲੋ ਮਾਡਲ ਆਪਾਂ ਰੈਡੀ ਕਰ ਲਏ ਆ। ਮੈਨੂੰ ਹੱਸ ਆਈ ਜਾਂਦਾ ਤੁਹਾਡੇ ਤੇ, ਚਾਕੂ ਚੁੱਕ ਤੇ ਮਾਰ ਲੱਗੇ ਟੇੜ ਨਹੀਂ, ਚਾਕੂ ਨਹੀਂ ਮਾਰਨਾ। ਆ ਦੇਖੋ, ਸਭ ਤੋਂ ਪਹਿਲਾਂ ਤਾਂ ਨਾ ਅੱਖਾਂ ਦੇ ਉੱਤੇ ਇਦਾਂ ਖੀਰਾ ਰੱਖ ਲੈਣਾ। ਉਹ ਬੜਾ ਠੰਡਾ ਹੀ, ਸਿੱਧਾ ਕਰੋ ਸਿੱਧਾ ਕਰੋ, ਠੰਡਾ ਬੜਾ ਹੀ, ਸਿੱਧਾ ਕੋਈ ਗੱਲ ਨਹੀਂ, ਰੁਕੋ। ਇਦਾਂ ਖੀਰਾ ਰੱਖ ਲੈਣਾ ਹੈ ਅੱਖਾਂ ਤੇ ਔਰ ਫੇਰ ਇਦਾਂ ਖੀਰੇ ਦੀ ਮਸਾਜ ਕਰਨੀ ਹੈ। ਠੰਡਾ ਬਹੁਤ ਹੈ, ਠੀਕ ਹੈ, ਠੰਡਾ ਠੰਡਾ ਹੀ ਤਾਂ ਲੱਗਣਾ। ਮੈਂ ਮਸਾਜ ਕਰਦਾ, ਜਾਓ। ਠੰਡਾ ਖਾਣਾ ਨਹੀਂ ਹੈਗਾ, ਲੈ ਖਾਣ ਨੂੰ ਥੋੜੀ ਕਿਆ ਮਦਦ ਹੈ। ਹਾਂ ਹੈ, ਬਸ ਖਾਣਾ ਨਹੀਂ ਹੈ, ਅੱਖਾਂ ਤੇ ਰੱਖੋ ਚੰਗੀ ਤਰ੍ਹਾਂ। ਇਦਾਂ ਅੱਖਾਂ ਤੇ ਰੱਖ ਲੈਣਾ, ਇਹਨਾਂ ਨੇ ਤਾਂ ਖਾ ਲਿਆ ਆ, ਤੁਸੀਂ ਮਸਾਜ ਕਰਨੀ ਆ। ਠੰਡਾ ਬੜਾ ਲੱਗਦਾ ਬੈਠਾ, ਬਸ ਇਹ ਏਸੀ ਚੀਜ਼ ਲਈ ਹੈ, ਤੁਹਾਡੇ ਫੇਸ ਨੂੰ ਵੀ ਠੰਡਕ ਦਊਗਾ ਗਰਮੀਆਂ ਦੇ ਵਿੱਚ ਔਰ ਆਈਜ਼ ਦੇ ਲਈ ਬਹੁਤ ਅੱਛਾ, ਇਹ ਆਈਜ਼ ਨੂੰ ਵੀ ਠੰਡਕ ਦਊਗਾ। ਇਹ ਠੰਡਾ ਬਹੁਤ ਲੱਗ ਰਿਹਾ ਨਾ ਇੱਥੇ। ਹਾਂ, ਠੰਡਾ ਤਾਂ ਲੱਗਣਾ ਹੀ ਹੈ, ਠੰਡਾ ਤਾਂ ਹੁੰਦਾ ਖੀਰਾ, ਹੈ ਨਾ। ਹਾਂ, ਇਹਨਾਂ ਐਂ ਹੋ ਰਿਹਾ, ਇਹ ਸੀਰੀਅਸਲੀ ਗੱਲ ਹੈ, ਇਹ ਰਿਲੈਕਸ ਕਰ ਰਿਹਾ ਥੋੜ੍ਹਾ ਜਿਹਾ। ਪਰ ਤੁਸੀਂ ਟੇਢਾ ਕਰ ਲੈਂਦੇ ਹੋ, ਤੁਸੀਂ ਨਾ ਬਹੁਤ ਖਰਾਬ ਹੋ। ਇਹ ਜਿੱਦਾਂ ਹੁਣ ਕਹਿ ਲਓ ਕਿ ਅੱਖਾਂ ਨੂੰ ਰਿਲੈਕਸ ਵੀ ਕਰਦਾ ਪਿਆ। ਹਾਂ, ਅੰਦਰ 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 ਵਾਰ ਨਾ ਠੰਡਕ ਜਾ ਰਹੀ ਹੈ, ਅੰਦਰ ਤੱਕ ਠੰਡਕ ਜਾਊਗੀ। ਯੈਸ, ਅੰਦਰ ਵਾਰ ਠੰਡਕ ਜਾ ਰਹੀ ਹੈ। ਚਲੋ, ਜਾ ਰਹੀ ਹੈ ਨਾ, ਜਾ ਲੈਣ ਦੋ ਆਪਾਂ ਨੂੰ। ਕੀ ਖਾਣਾ ਥੋੜੀ ਇਹ ਖਾਈ ਕਦੇ ਜਾਂਦੇ ਹੋ, ਹੈ ਬਸ ਖਾਣਾ ਥੋੜੀ ਆ। ਗਰਮ ਕਾ ਤੋ ਹੋ ਗਿਆ ਹੈਗਾ,
ਗਰਮ ਤਾਂ ਹੋਣਾ ਹੀ, ਇਹਨੂੰ ਪੁੱਠਾ ਕਰਕੇ ਰੱਖ ਲੈਣਾ। ਦੇਖੋ ਇਹ ਤਾਂ ਜੀ ਇਹ ਮਸਤੀ ਮਜ਼ਾਕ ਦੇ ਮੂਡ 'ਚ ਹੀ ਰਹਿੰਦੇ ਆ, ਇਹਨਾਂ ਨੇ ਤਾਂ ਖਾ ਲਿਆ ਖੀਰਾ ਹੈ ਨਾ। ਮੈਂ 3 ਸਲਾਈਸਿਸ ਰੱਖੇ ਸੀ, ਉਹਦੇ 'ਚੋਂ 1 ਰਹਿ ਗਿਆ ਆ, ਤੁਸੀਂ ਖਾਣਾ ਨਹੀਂ ਹੈ, ਤੁਸੀਂ ਨਾ ਅੱਖਾਂ ਦੇ ਉੱਤੇ ਰੱਖ ਲੈਣਾ ਆ ਅਤੇ ਨਾਲ ਹੀ ਨਾਲ ਮਸਾਜ ਕਰਨੀ। ਚੌਥੀ ਟਿਪ ਜਿਹੜੀ ਹੈਗੀ ਆ ਉਹ ਤੁਸੀਂ ਘਰੇ ਫੇਸ ਮਾਸਕ ਬਣਾ ਕੇ ਉਹ ਯੂਜ਼ ਕਰ ਸਕਦੇ ਹੋ। ਵੈਸੇ ਤਾਂ ਜਿੱਦਾਂ ਆਹ ਬੀਟਰੂਟ ਪਾਊਡਰ ਹੈਗਾ ਆ, ਇਹ ਤੁਹਾਨੂੰ ਮਾਰਕੀਟ ਤੋਂ ਵੀ ਮਿਲ ਜਾਂਦਾ, ਤੁਸੀਂ ਘਰੇ ਵੀ ਇਹਨੂੰ ਸੁਕਾ ਕੇ ਬਣਾ ਸਕਦੇ ਹੋ। ਇਹਦੇ ਵਿੱਚ ਐਲੋਵੀਰਾ ਜੈਲ ਮਾਰਕੀਟ ਤੋਂ ਵੀ ਮਿਲ ਜਾਂਦੀ ਹੈ, ਪਰ ਟਰਾਈ ਕਰਿਓ ਵੀ ਤੁਸੀਂ ਨਾ 100% ਨੈਚੁਰਲ ਵਾਲੀ ਲੈਣੀ ਆ, ਜਿਹਦੇ ਵਿੱਚ ਕੋਈ ਜ਼ਿਆਦਾ ਕੈਮੀਕਲਸ ਨਾ ਹੋਣ, ਤਾਂ ਫਾਇਦਾ ਹੋਊਗਾ। ਅਦਰਵਾਈਜ਼ ਜੇ ਤੁਸੀਂ ਘਰਾਂ ਦੇ ਵਿੱਚ ਐਲੋਵੀਰਾ ਲਾਈ ਹੋਈ ਆ ਤਾਂ ਉਹ ਵੀ ਐਲੋਵੀਰਾ ਕੱਟ ਕੇ ਇਹ ਜਿੱਦਾਂ ਪਾਊਡਰ ਦੇ ਵਿੱਚ ਮਿਕਸ ਕਰਕੇ ਇਹਨੂੰ ਫੇਸ 'ਤੇ ਲਗਾ ਲਓ, ਤੁਹਾਡੀ ਫੇਸ ਬਹੁਤ ਹੀ ਗਲੋ ਕਰੂਗਾ। ਜਦੋਂ ਅਸੀਂ ਬੋਂਬੇ ਗਏ ਸੀਗੇ ਨਾ ਤਾਂ ਬੋਂਬੇ ਦੀ ਧੁੱਪ ਇੰਨੀ ਕੁ ਗੰਦੀ ਸੀਗੀ ਨਾ ਵੀ ਜਦੋਂ ਵੀ ਚੜ੍ਹਦੀ ਸੀਗੀ ਤਾਂ ਧੁੱਪ ਨਾ ਸਕਿਨ ਨੂੰ ਸਾੜ ਦਿੰਦੀ ਸੀ, ਜਿੱਦਾਂ ਮੇਰੀ ਨਾ ਨੈਕ 'ਤੇ ਬਹੁਤ ਜ਼ਿਆਦਾ ਪ੍ਰੋਬਲਮ ਹੋ ਗਈ ਸੀ, ਸਕਿਨ ਬਰਨ ਹੋ ਗਿਆ ਸੀ, ਟੈਨਿੰਗ ਬਹੁਤ ਜ਼ਿਆਦਾ ਹੋ ਗਈ ਸੀ, ਤਾਂ ਮੇਰੀ ਜਿਹੜੀ ਉਹ ਟੈਨਿੰਗ ਆ ਉਹ ਘਟੀ ਆ, ਉਹ ਘਟੀ ਕਿਹਦੇ ਨਾਲ ਆ, ਬੀਟਰੂਟ ਦੇ ਨਾਲ ਔਰ ਐਲੋਵੀਰਾ ਦੇ ਨਾਲ ਹੀ। ਸੋ ਤੁਸੀਂ ਵੀ ਟਰਾਈ ਕਰ ਸਕਦੇ ਹੋ, ਪਰ ਇੱਕ ਚੀਜ਼ ਮੈਂ ਨਾਲ ਦੀ ਨਾਲ ਹੋਰ ਦੱਸੂੰਗੀ, ਵੀ ਤੁਸੀਂ ਇਹ ਨਹੀਂ ਕਹਿ ਸਕਦੇ ਵੀ 21 ਵਾਰ ਯੂਜ਼ ਕਰਕੇ ਤੁਹਾਨੂੰ ਅਸਰ ਦਿਖ ਜਾਂਦਾ ਹੈ ਨਾ, ਇਹਨਾਂ ਨੂੰ ਤੁਹਾਨੂੰ ਨਾ ਰੈਗੂਲਰ ਯੂਜ਼ ਕਰਨਾ ਪੈਂਦਾ। ਜਿੱਦਾਂ ਹੁਣ ਅਸੀਂ ਵੀ ਹਾਂ, ਅਸੀਂ ਇਹ ਚੀਜ਼ਾਂ ਨਾ ਸਾਡੀ ਰੂਟੀਨ ਲਾਈਫ ਦੇ ਵਿੱਚ ਯੂਜ਼ ਕਰਦੇ, ਜਿੱਦਾਂ ਹਫ਼ਤੇ ਦੇ ਵਿੱਚ 1 ਵਾਰੀ ਕੋਈ ਮਾਸਕ ਲਾ ਲਿਆ ਹੈ ਨਾ, ਹਫ਼ਤੇ ਦੇ ਵਿੱਚ 1 ਵਾਰੀ ਜਿੱਦਾਂ ਮੈਂ ਤੁਹਾਨੂੰ ਕਿਊਕੰਬਰ ਮਸਾਜ ਦੱਸੀ ਹੈ ਜਾਂ ਫਿਰ ਪੋਟੈਟੋ ਵਾਲੀ ਹੋ ਗਈ ਜਾਂ ਟਮੈਟੋ ਵਾਲੀ, ਉਹ ਹਫ਼ਤੇ ਦੇ ਵਿੱਚ 1 ਵਾਰ ਕੁਛ ਨਾ ਕੁਛ ਕਰਦੇ ਰਹੋ ਤਾਂ ਫਾਇਦਾ ਹੁੰਦਾ। ਇਸ ਤੋਂ ਇਲਾਵਾ ਜਿੱਦਾਂ ਜੇ ਤੁਸੀਂ ਬੀਟਰੂਟ ਨਹੀਂ ਯੂਜ਼ ਕਰਨਾ ਤਾਂ ਤੁਸੀਂ ਜਿਹੜਾ ਚਾਵਲ ਆਪਣੇ ਘਰ ਪਏ ਹੁੰਦੇ ਨੋਰਮਲੀ ਹੈ ਨਾ, ਉਹਦਾ ਆਟਾ ਬਣਾ ਕੇ ਉਹਦੇ 'ਚ ਵੀ ਐਲੋਵੀਰਾ ਜੈਲ ਪਾ ਕੇ ਜਾਂ ਫਿਰ ਹਨੀ ਵਗੈਰਾ ਪਾ ਕੇ ਉਹ ਵੀ ਯੂਜ਼ ਕਰਦੇ। ਅਤੇ ਮੰਨ ਲਓ ਜੇ ਇਹਨਾਂ ਕੋਲ ਐਲੋਵੀਰਾ ਨਹੀਂ ਹੈਗੀ, ਉਹ ਇਹ 'ਚ ਕੀ ਪਾਉਂ ਪਾਊਡਰ 'ਚ? ਜੇ ਐਲੋਵੀਰਾ ਨਹੀਂ ਹੈਗੀ ਤਾਂ ਤੁਸੀਂ ਜੇ ਰੋਜ਼ ਵਾਟਰ ਤੁਹਾਡੇ ਕੋਲ ਹੈਗਾ ਆ ਉਹ ਪਾ ਸਕਦੇ ਹੋ, ਜੇ ਰੋਜ਼ ਵਾਟਰ ਵੀ ਨਹੀਂ ਹੈਗਾ ਨਾ ਤਾਂ ਤੁਸੀਂ ਇਹਦੇ ਵਿੱਚ ਨੋਰਮਲ ਪਾਣੀ ਵੀ ਪਾ ਸਕਦੇ ਹੋ ਜਾਂ ਫਿਰ ਦਹੀਂ ਵੀ ਪਾ ਸਕਦੇ ਹੋ। ਦਹੀਂ ਵਗੈਰਾ ਜੇ ਯੂਜ਼ ਕਰਨਾ ਨਾ ਤਾਂ ਸਿਰਫ ਗਰਮੀਆਂ ਦੇ ਵਿੱਚ ਯੂਜ਼ ਕਰੋ, ਸਰਦੀਆਂ ਦੇ ਵਿੱਚ ਨੋਰਮਲ ਪਾਣੀ ਜਾਂ ਐਲੋਵੀਰਾ ਜੈਲ ਪਾ 15-20 ਮਿੰਟ ਲਾ ਕੇ ਨੂੰ ਰੱਖ ਲਓ। ਹਾਂ ਵਧੀਆ ਹੋ ਜਾਂਦਾ ਨਾ, ਇਹ ਤਾਂ ਮੈਂ ਵੀ ਯੂਜ਼ ਕਰਦਾ। ਕਿਉਂ ਪਤਾ, ਹਾਂ ਇਹ ਯੂਜ਼ ਕਰਦੇ ਆ ਇਸ ਕਰਕੇ ਪਤਾ ਆ, ਇੱਕ ਤਾਂ ਹੁੰਦਾ ਨਾ ਵੀ ਡਰਾਈ ਹੋ ਗਿਆ ਨਾਲ ਦੀ ਨਾਲ ਲਾ ਦਿਓ, ਪਰ ਇੱਦਾਂ ਆ ਵੀ ਡਰਾਈ ਹੋਣ ਤੋਂ ਬਾਅਦ ਵੀ ਜੇ ਤੁਸੀਂ 10 ਮਿੰਟ ਰੱਖਦੇ ਹੋ ਨਾ ਤਾਂ ਇਹਦਾ ਅਸਰ ਜ਼ਿਆਦਾ ਵਧੀਆ ਆਉਂਦਾ। ਸਹੀ ਗੱਲ, ਇੱਥੇ ਹੱਥ ਪੈਰ ਤੇ ਕਿਤੇ ਵੀ ਲਾ ਸਕਦੇ। ਹਾਂ ਜਿੱਥੇ ਜਿੱਥੇ ਟੈਨਿੰਗ ਤੁਹਾਨੂੰ ਲੱਗਦਾ ਆ ਤੁਸੀਂ ਯੂਜ਼ ਕਰ ਸਕਦੇ ਹੋ, ਔਰ ਇਹ ਜ਼ਰੂਰ ਰੱਖਿਓ ਵੀ ਜਦੋਂ ਇੱਦਾਂ ਦੇ ਮਾਸਕ ਲਾਉਂਦੇ ਹੋ ਤਾਂ ਜ਼ਿਆਦਾ ਬੋਲਣਾ ਨਹੀਂ ਹੁੰਦਾ, ਨਹੀਂ ਤਾਂ ਸਕਿਨ ਤੁਹਾਡੀ ਹੈ ਨਾ ਥੋੜ੍ਹੀ ਉਹ ਖਿਚਾਵ ਜਿਹਾ ਹੋ ਜਾਂਦੀ ਹੈ ਅਤੇ ਉਹ ਲੂਜ਼ ਹੋ ਜਾਂਦੀ ਹੈ ਸਕਿਨ। ਸੋ ਜੇ ਤੁਸੀਂ ਇੱਦਾਂ ਮੂੰਹ ਬੰਦ ਕਰਕੇ ਇੱਕਦਮ ਜ਼ਿਪ ਲਾ ਕੇ ਮੂੰਹ 'ਤੇ ਬਹਿ ਜਾਓਗੇ ਨਾ ਫਿਰ ਸਕਿਨ ਟਾਈਟ ਕਰਨ 'ਚ ਵੀ ਹੈਲਪ ਕਰੂਗਾ ਇਹ। ਹਾਂਜੀ, ਹੁਣ ਤਾਂ ਨਹੀਂ ਮੇਰੇ ਮੂੰਹ 'ਤੇ ਕੁਛ ਲਾਉਣਾ? ਨਹੀਂ ਕੁਛ ਨਹੀਂ ਲਾਉਂਦੀ, ਬਸ ਉਹਨਾਂ ਕੀ ਲਾਉਣਾ ਸੀ ਆਪਾਂ। ਹੁਣ ਵਾਰੀ ਆ ਗਈ ਆ ਫਿਫਥ ਟਿਪ ਦੀ। ਤੁਸੀਂ ਕਹਿੰਦੇ ਹੋਣੇ ਆ ਵੀ ਆਹ ਕਿ ਗ੍ਰੀਨ ਟੀ ਦਾ ਬੈਗ ਫੜ ਕੇ ਬੈਠੀ ਹੈ ਨਾ, ਗ੍ਰੀਨ ਟੀ ਬੈਗ ਬਹੁਤ ਹੀ ਇਫੈਕਟਿਵ ਹੁੰਦਾ ਸਾਡੀ ਸਕਿਨ ਲਈ, ਪਰ ਯੂਜ਼ਡ ਵਾਲਾ। ਹੁਣ ਇਹ ਪੁੱਛੋ ਕਿਵੇਂ ਯੂਜ਼ਡ ਵਾਲਾ? ਹਾਂਜੀ, ਨਹੀਂ ਮੈਨੂੰ ਲੱਗਾ ਕਿ ਗ੍ਰੀਨ ਟੀ ਬਣਾ ਕੇ ਪੀਉਣ ਲੱਗੀ ਹੋਵੇ। ਨਹੀਂ, ਗ੍ਰੀਨ ਟੀ ਬਣਾ ਕੇ ਨਹੀਂ ਪੀਣ ਲੱਗੀ। ਜਦੋਂ ਆਪਾਂ ਗ੍ਰੀਨ ਟੀ ਪੀਂਦੇ ਆ ਨਾ, ਜਿਹੜਾ ਉਹਦਾ ਬੈਗ ਹੁੰਦਾ ਹੈ ਉਹਨੂੰ ਸੰਭਾਲ ਕੇ ਰੱਖ ਲਓ, ਅਤੇ ਜਦੋਂ ਤੁਸੀਂ ਫ੍ਰੀ ਹੋ ਜਾਓ ਹੈ ਨਾ ਉਹਨੂੰ ਜਿੱਦਾਂ ਫਰਿੱਜ ਰੱਖ ਲਓ, ਬਾਹਰ ਨਹੀਂ ਰੱਖਣਾ, ਫਰਿੱਜ ਰੱਖ ਲਓ ਉਸ ਗ੍ਰੀਨ ਟੀ ਬੈਗ ਨੂੰ। ਫਿਰ ਨਾ ਇੱਕ ਕਟੋਰੀ ਲਓ, ਕਟੋਰੀ ਦੇ ਵਿੱਚ ਉਹ ਗ੍ਰੀਨ ਟੀ ਬੈਗ ਨੂੰ ਖੋਲ੍ਹ ਕੇ ਉਹਦੇ 'ਚ ਜਿਹੜੀ ਯੂਜ਼ਡ ਗ੍ਰੀਨ ਟੀ ਹੁੰਦੀ ਆ ਕਟੋਰੀ 'ਚ ਪਾ ਲਓ, ਉਹਦੇ ਵਿੱਚ ਥੋੜ੍ਹਾ ਜਿਹਾ ਦਹੀਂ ਪਾ ਲਓ ਔਰ ਥੋੜ੍ਹਾ ਜਿਹਾ ਪਾ ਲਓ ਹਨੀ, ਉਹਨੂੰ ਮਿਕਸ ਕਰਕੇ ਫੇਸ ਦੇ ਉੱਤੇ ਲਗਾ ਲਓ। ਨਹੀਂ ਖਾਣਾ ਨਹੀਂ ਹੈ, ਮਾਸਕ ਦੀ ਤਰ੍ਹਾਂ ਫੇਸ ਦੇ ਉੱਤੇ ਲਗਾ ਲਓ, ਉਹਨੂੰ 30 ਮਿੰਟਸ ਲਈ ਰੱਖੋ, ਉਹ ਵੀ ਤੁਹਾਡੀ ਸਕਿਨ 'ਤੇ ਗਲੋ ਲੈ ਕੇ ਆਉਂਦਾ ਹੈ। ਅੱਛਾ, ਹਾਂਜੀ, ਦਹੀਂ ਦੂਈ ਪਾਇਆ ਹੈ ਨਹੀਂ, ਪੈਣ ਲੱਗਾ ਮਿੱਠਾ ਖੱਟਾ ਮਿੱਠਾ ਸਵਾਦ ਆਉਂਦਾ। ਗ੍ਰੀਨ ਟੀ ਇੰਨਾ ਕੌਣ ਖਾਂਦਾ ਦੱਸੋ? ਗ੍ਰੀਨ ਟੀ ਪੀਣ ਵਾਸਤੇ ਹੁੰਦੀ ਆ ਬਸ। ਅੱਛਾ ਅੱਛਾ, ਮਤਲਬ ਇਹਨੂੰ ਯੂਜ਼ ਕਰੋ, ਪਰ ਫੇਸ ਤੇ ਵੀ ਲਾ ਸਕਦੇ ਹੋ। ਯੂਜ਼ ਕਰੋ ਤੇ ਮੰਨ ਲਓ ਅੱਜ ਜਿੱਦਾਂ ਬਣਾਈ ਗ੍ਰੀਨ ਟੀ, ਠੀਕ ਹੈ, ਅੱਜ ਇੱਕ ਬੈਗ ਰੱਖ ਲਿਆ, ਕਿਹਦੀ ਤਮੰਨਾ ਯਾਰ ਮੈਂ 4-5 ਬੈਗ ਇਕੱਠੇ ਕਰਾਂ, ਤੂੰ ਜਿਹੜਾ ਜਿੱਦਾਂ ਮੰਨ ਲਓ 4-5 ਬੈਗ ਇਕੱਠੇ ਕਰਨ ਨੂੰ ਮੰਨ ਲਓ ਮਹੀਨਾ ਲੱਗ ਗਿਆ, ਤੂੰ ਜਿਹੜੀ ਪਈ ਹੈ ਜਿਹੜੀ ਗ੍ਰੀਨ ਟੀ ਫਰਿੱਜ ਵਿੱਚ ਖਰਾਬ ਨਹੀਂ ਹੁੰਦੀ?
ਪਹਿਲੀ ਗੱਲ ਤਾਂ ਮਹੀਨਾ ਲੱਗਣਾ ਨਹੀਂ ਚਾਹੀਦਾ, ਕਿਉਂਕਿ ਮੈਨੂੰ ਲੱਗਦਾ ਨਹੀਂ 4-5 ਬੈਚ ਲਈ ਮਹੀਨਾ ਇਕੱਠਾ ਕਰਨਾ ਪਊਗਾ, ਹੈ ਨਾ। ਬਾਕੀ ਜੇ ਲੱਗ ਵੀ ਜਾਂਦਾ ਤਾਂ ਕੁਛ ਨਹੀਂ ਹੁੰਦਾ, ਜੇ ਫਰਿੱਜ 'ਚ ਪਾਈ ਰੱਖੂਗੇ ਨਾ ਇਹਨੂੰ ਤਾਂ ਕੋਈ ਦਿੱਕਤ ਨਹੀਂ ਹੈ, ਖਰਾਬ ਨਹੀਂ ਹੁੰਦੀ ਹੈਗੀ। ਬਸ ਇੰਨਾ ਕੁ ਧਿਆਨ ਰੱਖਿਓ, ਕਈ ਵਾਰੀ ਹੁੰਦਾ ਵੀ ਟੈਂਪਰੇਚਰ ਬਹੁਤ ਜ਼ਿਆਦਾ ਹੈ ਜਾਂ ਘੱਟ ਹੈ, ਤਾਂ ਇਹਨੂੰ ਤੁਹਾਨੂੰ ਆਪੇ ਪਤਾ ਲੱਗ ਜੂਗਾ, ਇਹਨੂੰ ਥੋੜ੍ਹੀ ਜਿਹੀ ਉੱਲੀ ਲੱਗ ਜਾਂਦੀ ਹੁੰਦੀ ਹੈ ਜੇ ਜ਼ਿਆਦਾ ਟਾਈਮ ਆਪਾਂ ਰੱਖੀਏ। ਸੋ ਟਰਾਈ ਕਰਿਓ ਵੀ ਜਿੱਦਾਂ ਅੱਜ ਤੁਸੀਂ ਗ੍ਰੀਨ ਟੀ ਪੀਤੀ ਆ ਤਾਂ ਉਹਨੂੰ ਇੱਕ ਹਫ਼ਤੇ ਦੇ ਵਿੱਚ ਯੂਜ਼ ਕਰ ਲਓ। ਸੋ ਮਹੀਨੇ ਤੱਕ ਲੰਬੀ ਨਾ ਹੀ ਪਾਓ ਗੱਲ ਤਾਂ ਜ਼ਿਆਦਾ ਵਧੀਆ। ਹੁਣ ਵਾਰੀ ਆਉਂਦੀ ਆ ਉਹਨਾਂ ਦੇ ਕੁਐਸਚਨਸ ਆਨਸਰ ਕਰਨ ਦੀ, ਜਿਹੜੇ ਮੇਰੇ ਤੋਂ ਸਪੈਸ਼ਲ ਨਾਈਟ ਸਕਿਨ ਕੇਅਰ ਰੂਟੀਨ ਔਰ ਡੇ ਸਕਿਨ ਕੇਅਰ, ਮੋਰਨਿੰਗ ਸਕਿਨ ਕੇਅਰ ਪੁੱਛਦੇ ਹੁੰਦੇ ਸੀ, ਹੈ ਨਾ। ਡੇ ਸਕਿਨ ਕੇਅਰ ਤਾਂ ਮੈਂ ਤੁਹਾਨੂੰ ਦੱਸ ਹੀ ਚੁੱਕੀ ਹਾਂ, ਜਿਹੜੀਆਂ 5 ਟਿਪਸ ਦਿੱਤੀਆਂ ਆ। ਅਤੇ ਜੇ ਆਪਾਂ ਮੋਰਨਿੰਗ ਦੀ ਗੱਲ ਕਰੀਏ ਤਾਂ ਮੋਰਨਿੰਗ ਦੇ ਵਿੱਚ ਕੋਈ ਖਾਸ ਚੀਜ਼, ਜਿਵੇਂ ਤੁਸੀਂ ਸਵੇਰੇ ਉੱਠਦੇ ਹੋ ਤਾਂ ਸਾਰਿਆਂ ਨੂੰ ਆਦਤ ਹੁੰਦੀ ਹੋਈ ਆ, ਹੈ ਨਾ, ਫੇਸ ਨੂੰ ਵਾਸ਼ ਕਰਨਾ। ਫੇਸ ਨੂੰ ਵਾਸ਼ ਕਰਕੇ ਬਸ ਇੰਨਾ ਕੁ ਧਿਆਨ ਰੱਖਿਆ ਕਰੋ ਕਿ ਮੋਇਸਚਰਾਈਜ਼ਰ ਜ਼ਰੂਰ ਲਗਾਇਆ ਕਰੋ। ਜਿੱਦਾਂ ਆਪਾਂ ਮੋਇਸਚਰਾਈਜ਼ਰ ਜਦੋਂ ਨਹੀਂ ਲਗਾਉਂਦੇ ਨਾ ਤਾਂ ਸਕਿਨ ਡਰਾਈ ਡਰਾਈ ਰਹਿੰਦੀ ਆ, ਤਾਂ ਉਹ ਫਿਰ ਸਕਿਨ ਹੋਰ ਜ਼ਿਆਦਾ ਖਰਾਬ ਹੁੰਦੀ ਰਹਿੰਦੀ ਆ। ਸੋ ਜਿੰਨਾ ਮੋਇਸਚਰਾਈਜ਼ ਕਰ ਸਕੋ ਸਕਿਨ ਨੂੰ ਉਨਾ ਕਰਿਆ ਕਰੋ। ਨਾਈਟ ਦੇ ਲਈ ਇੰਪੋਰਟੈਂਟ ਕੁਛ ਚੀਜ਼ਾਂ ਹੈਗੀਆਂ ਜਿਹੜੀਆਂ ਮੈਂ ਯੂਜ਼ ਕਰਦੀ ਹਾਂ, ਉਹ ਹੈਗੀ ਆ ਜਿੱਦਾਂ ਸੌਣਾ ਆ ਆਪਾਂ, ਹੈ ਨਾ, ਸੌਣ ਤੋਂ ਥੋੜ੍ਹੀ ਦੇਰ ਪਹਿਲਾਂ ਫੇਸ ਨੂੰ ਚੰਗੀ ਤਰ੍ਹਾਂ ਵਾਸ਼ ਕਰਕੇ ਜਿਹੜਾ ਇਹ ਆਪਣੀ ਐਲੋਵੀਰਾ ਜੈੱਲ ਹੁੰਦੀ ਆ ਉਹ ਤੁਸੀਂ ਫੇਸ 'ਤੇ ਅਪਲਾਈ ਕਰ ਸਕਦੇ ਹੋ, ਜਾਂ ਉਸ ਤੋਂ ਇਲਾਵਾ ਰੋਜ਼ ਵਾਟਰ ਆ ਇਹਨੂੰ ਕੋਟਨ ਦੇ ਨਾਲ, ਹੈ ਨਾ, ਲਗਾ ਸਕਦੇ ਹੋ ਤੁਸੀਂ ਫੇਸ 'ਤੇ ਇੱਦਾਂ ਟੈਪ ਟੈਪ ਕਰਕੇ, ਥੋੜ੍ਹਾ ਗਿੱਲਾ ਗਿੱਲਾ ਹੀ ਰੱਖਣਾ, ਇਹਨੂੰ ਸਾਫ਼ ਨਹੀਂ ਕਰਨਾ। ਉਸ ਤੋਂ ਇਲਾਵਾ ਤੀਜੀ ਇੱਕ ਚੀਜ਼ ਹੋਰ ਹੈ, ਜਿਹੜੇ ਪਿੰਡਾਂ 'ਚ ਰਹਿੰਦੇ ਆ ਲੋਕ ਉਹਨਾਂ ਦੇ ਲਈ ਆ ਉਹ ਸਪੈਸ਼ਲ, ਉਹ ਇਹ ਹੈ ਵੀ ਜੇ ਤੁਹਾਡੇ ਘਰ ਦੇ ਵਿੱਚ ਮੱਝਾਂ ਜਾਂ ਗਾਵਾਂ ਆ, ਹੈ ਨਾ, ਸਾਡੇ ਲਈ ਤਾਂ ਉਹ ਇੰਪੋਸੀਬਲ ਹੈ ਵੈਸੇ ਉਹ ਚੀਜ਼, ਪਰ ਜਿਨ੍ਹਾਂ ਦੇ ਘਰ 'ਚ ਮੱਝਾਂ ਜਾਂ ਗਾਵਾਂ ਆ ਤਾਂ ਜਦੋਂ ਉਹ ਫਰੈਸ਼ ਫਰੈਸ਼ ਦੁੱਧ ਕੱਢਦੇ ਹੁੰਦੇ ਆ ਨਾ ਤਾਂ ਉਹਦੇ ਉੱਤੇ ਇੱਕ ਝੱਗ ਆਉਂਦੀ ਹੁੰਦੀ ਆ, ਜਦੋਂ ਫਰੈਸ਼ ਦੁੱਧ ਕੱਢਦੇ ਆ ਤਾਂ ਉਸ ਝੱਗ ਨੂੰ ਜੇ ਤੁਸੀਂ ਆਪਣੇ ਫੇਸ 'ਤੇ ਲਗਾਓ ਤਾਂ ਤੁਹਾਡੇ ਫੇਸ ਲਈ ਬਹੁਤ ਜ਼ਿਆਦਾ ਵਧੀਆ ਹੁੰਦੀ ਆ ਉਹ, ਔਰ ਤੁਹਾਡੀ ਸਕਿਨ ਨੂੰ ਬਹੁਤ ਜ਼ਿਆਦਾ ਗਲੋ ਕਰਦੀ ਆ। ਅੱਛਾ, ਇਹ ਵੀ ਚੀਜ਼ ਹੈਗੀ ਆ। ਹਾਂਜੀ ਹਾਂਜੀ, ਜਿਹੜੇ ਪਿੰਡਾਂ 'ਚ ਰਹਿੰਦੇ ਆ ਨਾ ਜਿਨ੍ਹਾਂ ਦੇ ਘਰ 'ਚ ਮੱਝਾਂ ਆ, ਲੱਗਾ ਤੁਸੀਂ ਕਹਿ ਰਹੇ ਹੋ ਕਿ ਜਿਹਨੇ ਜਿਹੜੇ ਪਿੰਡ 'ਚ ਰਹਿੰਦੇ ਆ ਉਹਨਾਂ ਕੋਲ ਜਿਹੜੇ ਮੱਝਾਂ ਗਾਵਾਂ ਹੈਗੀਆਂ, ਆਪਣੀ ਮੱਝਾਂ ਤੇ ਗਾਵਾਂ ਕੋਲ ਲਵਾਓ ਮੂੰਹ 'ਤੇ। ਅੱਛਾ, ਤੁਸੀਂ ਕੋਈ ਜ਼ਿਆਦਾ ਪੁੱਟਾ ਸਿੱਧਾ ਬੋਲਦੇ ਰਹਿੰਦੇ ਹੋ ਨਾ। ਮੈਨੂੰ ਇਹ ਵੀ ਸੱਚੀ ਲੱਗਾ ਹੈਗਾ ਕਿ ਸੀਰੀਅਸਲੀ ਦੱਸ ਦਿੰਦਾ ਮੈਂ ਸਾਰਿਆਂ ਨੂੰ, ਮੈਨੂੰ ਇਹ ਲੱਗਾ ਕਿ ਕਹਿੰਦੇ ਮੱਝਾਂ ਗਾਵਾਂ ਦਾ ਜਿਹੜਾ ਗੋਹਾ ਹੁੰਦਾ ਨਾ ਉਹ ਵੀ ਲਾਇਆ ਕਰੋ। ਆਏ ਹਾਏ, ਬਸ ਕਰੋ ਇਹਨਾਂ ਦੀਆਂ ਗੱਲਾਂ 'ਤੇ ਨਾ ਜਾਇਓ, ਜੋ ਮੈਂ ਤੁਹਾਨੂੰ ਦੱਸਿਆ ਇਹ ਚੀਜ਼ ਕਰਿਓ। ਔਰ ਇੱਕ ਚੀਜ਼ ਹੋਰ, ਤੁਸੀਂ ਜਦੋਂ ਸਵੇਰੇ ਉੱਠਦੇ ਹੋ ਤਾਂ ਬ੍ਰਸ਼ ਵਗੈਰਾ ਕਰਕੇ ਖਾਲੀ ਪੇਟ, ਜਿਹੜਾ ਕੁਛ ਵੀ ਨਹੀਂ ਖਾਣਾ ਹੋਰ, ਨਾ ਪਾਣੀ ਪੀਣਾ ਕੁਛ ਨਹੀਂ, ਇੱਕ ਐਪਲ ਖਾਣਾ ਆ। ਉਹ ਕਹਿੰਦੇ ਹੁੰਦੇ ਨਾ ਐਪਲ ਅ ਡੇ ਕੀਪਸ ਦ ਡਾਕਟਰ ਅਵੇ, ਸੋ ਉਹ ਤੁਹਾਡੀ ਵੈਸੇ ਵੀ ਹੈਲਥ ਲਈ ਵੀ ਬਹੁਤ ਬੈਨੀਫਿਟ ਦਿੰਦਾ ਆ, ਵੀ ਇੱਕ ਦਿਨ ਦੇ ਵਿੱਚ ਐਪਲ ਖਾਓਗੇ ਤਾਂ ਡਾਕਟਰ ਨੂੰ ਦੂਰ ਰੱਖੂਗਾ। ਮੈਨੂੰ ਲੱਗਾ ਕਹਿੰਦੇ ਐਪਲ ਖਾਓਗੇ ਡਾਕਟਰ ਭੱਜ ਜਾਊਗਾ। ਨਹੀਂ ਭੱਜ ਜਾਊਗਾ, ਡਾਕਟਰ ਨੂੰ ਤੁਹਾਡੇ ਤੋਂ ਦੂਰ ਰੱਖੂਗਾ, ਮਤਲਬ ਤੁਸੀਂ ਬਿਮਾਰ ਨਹੀਂ ਹੋਵੋਗੇ ਖਾਲੀ ਪੇਟ ਐਪਲ ਖਾਣ ਦੇ ਨਾਲ, ਔਰ ਤੁਹਾਡੀ ਫੇਸ ਦੇ ਉੱਤੇ ਵੀ ਅੱਛਾ ਰਹਿੰਦਾ ਆ, ਸਕਿਨ ਗਲੋ ਕਰਦੀ ਆ। ਔਰ ਜਿਹੜੇ ਵੈਜੀਟੇਰੀਅਨਸ, ਤਾਂ ਚਲੋ ਜੋ ਵੈਜੀਟੇਬਲਸ, ਗ੍ਰੀਨ ਵੈਜੀਟੇਬਲਸ ਆ ਉਹ ਖਾਓ ਖਾਓ, ਕਿਉਂਕਿ ਜਿਹੜੀ ਤੁਹਾਡੀ ਡਾਇਟ ਹੈ ਉਹ ਤੁਹਾਡੇ ਸਕਿਨ ਦੇ ਉੱਤੇ ਬਹੁਤ ਇਫੈਕਟ ਕਰਦੀ ਆ। ਜਿੰਨੀ ਗ੍ਰੀਨ ਵੈਜੀਟੇਬਲਸ ਆਪਾਂ ਖਾਂਦੇ ਹਾਂ, ਹੈ ਨਾ, ਜਾਂ ਫਰੂਟਸ ਖਾਂਦੇ ਹਾਂ, ਉਹ ਸਾਡੇ ਲਈ ਬਹੁਤ ਅੱਛੇ ਹੁੰਦੇ ਆ। ਔਰ ਜਿਹੜੇ ਨੋਨ ਵੈਜੀਟੇਰੀਅਨ ਹੈ ਨਾ, ਉਹ ਫਿਸ਼ ਆਇਲ ਹੁੰਦਾ ਆ, ਹੈ ਨਾ, ਉਹ ਯੂਜ਼ ਕਰ ਸਕਦੇ, ਜਿੱਦਾਂ ਖਾਣ ਦੇ ਵਿੱਚ ਕੈਪਸੂਲਸ ਆਉਂਦੇ ਆ ਉਹ ਵੀ ਯੂਜ਼ ਕਰ ਸਕਦੇ ਆ। ਮੋਸਟਲੀ ਇਹ ਚੀਜ਼ ਹੁੰਦੀ ਆ ਜਦੋਂ ਥੋੜ੍ਹੀ ਬੰਦੇ ਦੀ ਏਜ ਵੱਧ ਜਾਂਦੀ ਆ ਨਾ, ਲਾਈਕ 40+ ਹੋ ਜਾਂਦੀ ਆ ਜਾਂ ਲੇਡੀਜ਼ ਸਪੈਸ਼ਲੀ, ਤਾਂ ਉਹਨਾਂ ਦੇ ਵਿੱਚ ਜਦੋਂ ਹਾਰਮੋਨਲ ਚੇਂਜ ਆਉਂਦਾ ਹੈ ਨਾ, ਤਾਂ ਸਕਿਨ ਦੇ ਉੱਤੇ ਬਹੁਤ ਸਾਰੀਆਂ ਪ੍ਰੋਬਲਮਸ, ਬਲੈਮਿਸ਼ਸ ਵਗੈਰਾ ਹੋਣੀਆਂ ਸ਼ੁਰੂ ਹੋ ਜਾਂਦੀਆਂ। ਫਿਰ ਬੰਦਾ ਉੱਥੇ ਜਾਵੇ ਮੱਖਣ ਕੋ ਮੱਛੀ ਖਾਵੇ, ਪਈ ਆਇਆ ਵਧੀਆ, ਫਰਾਈਡ ਨਹੀਂ ਖਾਣੀ, ਮੱਖਣ ਹੈ ਨਾ, ਮੱਖਣ ਮੱਖਣ ਕੋਲ ਜਾਣ ਦੀ ਲੋੜ ਨਹੀਂ ਆ, ਫਰਾਈਡ ਨਹੀਂ ਖਾਣੀ ਹੈਗੀ, ਸਬਜ਼ੀ ਸੁਬਜ਼ੀ ਬਣਾ ਕੇ ਖਾਓ, ਜਾਂ ਫਿਰ ਜਿੱਦਾਂ ਫਿਸ਼ ਆਇਲ ਹੁੰਦੇ ਆ ਜਾਂ ਵਾਈਟਮਿਨਸ ਵਗੈਰਾ ਹੁੰਦੇ ਆ ਉਹ ਤੁਹਾਨੂੰ ਲੈਣੇ ਸ਼ੁਰੂ ਕਰਨੇ ਚਾਹੀਦੇ ਆ, ਕਿਉਂਕਿ ਆਫਟਰ 40 ਲੇਡੀਜ਼ ਨੂੰ ਪ੍ਰੋਬਲਮ ਆਉਂਦੀ ਜਾਂਦੀ ਆ। ਹੈ ਫਿਸ਼ ਆਇਲ,
ਫਿਸ਼ ਆਇਲ ਜਿੱਦਾਂ ਹਰ ਇੱਕ ਬੰਦਾ ਨਹੀਂ ਖਾਂਦਾ, ਜਿਹੜਾ ਪਿਓਰ ਵੈਜੀਟੇਰੀਅਨ ਆ ਉਹਨੂੰ ਤਾਂ ਲੱਗੂਗਾ ਹੀ ਨਾ, ਹੈ ਨਾ। ਜਾਂ ਫਿਰ ਮੈਂ ਮਤਲਬ ਮੇਨ ਜਿਹੜੀ ਗੱਲ ਕਰਦੀ ਪਈ ਸੀ ਉਹ ਇਹ ਸੀਗੀ ਵੀ ਨੋਨ ਵੈਜ ਫੂਡ ਵੀ ਖਾਓ, ਉਹ ਵੀ ਤੁਹਾਡੇ ਲਈ ਬਹੁਤ ਅੱਛਾ ਹੁੰਦਾ, ਜਿਹੜੇ ਨੋਨ ਵੈਜੀਟੇਰੀਅਨਸ ਹੈ। ਜਿੱਦਾਂ ਹੁਣ ਤੁਸੀਂ ਦੇਖਿਆ ਸਾਊਥ ਦੇ ਲੋਕ ਹੁੰਦੇ ਆ, ਉਹਨਾਂ ਦੇ ਵਾਲ ਵਗੈਰਾ ਕਾਫੀ ਲੰਬੇ ਹੁੰਦੇ ਆ, ਲੰਬੇ ਹੁੰਦੇ ਆ। ਜਿੱਦਾਂ ਮਹਾਰਾਸ਼ਟਰੀਅਨਸ ਲੋਕ ਹੁੰਦੇ ਆ, ਹੈ ਨਾ, ਉਹਨਾਂ ਦੇ ਵੀ ਮੈਂ ਪੁੱਟਾ ਬੋਲ ਗਈਆਂ ਨਾ, ਅਤੇ ਉਹਨਾਂ ਦੇ ਵੀ ਜਿਹੜੇ ਵਾਲ ਵਗੈਰਾ ਹੁੰਦੇ ਆ ਉਹਨਾਂ ਦੇ ਲੰਬੇ ਹੁੰਦੇ ਆ ਕਈਆਂ ਦੇ, ਉਹ ਇਸੇ ਕਰਕੇ ਹੁੰਦੇ ਕਿਉਂਕਿ ਉਹ ਫਿਸ਼ ਬਹੁਤ ਖਾਂਦੇ ਆ, ਤੇ ਫਿਸ਼ ਦੇ ਵਿੱਚ ਭਰ ਭਰ ਕੇ ਪ੍ਰੋਟੀਨ ਹੁੰਦਾ ਹੈ। ਮੈਂ ਕੱਲ ਤੋਂ ਸ਼ੁਰੂ ਕਰ ਦਿੰਦੀ ਨਹੀਂ, ਬਸ ਗਰਮੀਆਂ 'ਚ ਨਹੀਂ ਖਾਣੀ ਹੈਗੀ, ਹੋਰ ਪਤਾ ਚੱਲੇ ਗਰਮੀ ਪਵਾ ਕੇ ਬਹਿ ਜਾਓ, ਸੋ ਗਰਮੀਆਂ 'ਚ ਨਹੀਂ ਸਰਦੀਆਂ ਦੇ ਵਿੱਚ ਖਾ ਸਕਦੇ। ਅੱਜ ਦੀ ਸਕਿਨ ਕੇਅਰ ਰੂਟੀਨ ਬਾਰੇ ਤਾਂ ਇਹੀ ਚੀਜ਼ਾਂ ਸੀਗੀਆਂ ਜੋ ਮੈਂ ਤੁਹਾਨੂੰ ਦੱਸ ਚੁੱਕੀ ਆ। ਫਿਰ ਵੀ ਜੇ ਕੁਛ ਦੁਬਾਰਾ ਤੁਸੀਂ ਪੁੱਛਣਾ ਚਾਹੁੰਦੇ ਹੋ, ਕੁਛ ਮਿਸਿੰਗ ਰਹਿ ਗਿਆ ਹੋਵੇ ਮੇਰੇ ਵੱਲੋਂ, ਤਾਂ ਤੁਸੀਂ ਇਸੀ ਵਲੌਗ ਦੇ ਨੀਚੇ ਕਮੈਂਟ ਕਰ ਸਕਦੇ ਹੋ, ਮੈਂ ਤੁਹਾਨੂੰ ਜ਼ਰੂਰ ਦੱਸੂਗੀ। ਅਤੇ ਹੁਣ ਵਾਰੀ ਆਉਂਦੀ ਹੈ ਕਮੈਂਟਸ ਪੜ੍ਹਨ ਦੀ, ਔਰ ਸਭ ਤੋਂ ਪਹਿਲਾਂ ਮੈਂ ਕਮੈਂਟਸ ਪੜ੍ਹਨ ਤੋਂ ਦੱਸਦਾ ਕਿ ਕਈ ਵਾਰੀ ਇਹ ਚੀਜ਼ ਹੁੰਦੀ ਆ ਵੀ ਅਸੀਂ ਵਲੌਗ ਪਹਿਲਾਂ ਸ਼ੂਟ ਕਰ ਲੈਣਾ, ਤੁਹਾਡੇ ਕਮੈਂਟਸ ਬਾਅਦ 'ਚੋਂ ਆਏ ਹੁੰਦੇ ਆ, ਸੋ ਜੇ ਕਿਸੇ ਦਾ ਰਹਿ ਗਿਆ ਸੋ ਉਹਦੇ ਲਈ ਪਹਿਲੇ ਆਪਾਂ ਸਾਰੀ ਬੋਲ ਦਿੰਦੇ ਹਾਂ। ਬਾਕੀ ਯਾਰ ਨਾਰਾਜ਼ ਨਾ ਹੋਇਆ ਕਰੋ, ਦੱਸਾਂ ਕੀ ਗੱਲ ਹੈ, ਕਈ ਵਾਰ ਤੁਸੀਂ ਕਮੈਂਟ ਲੇਟ ਕਰਦੇ ਹੋ, ਤੁਹਾਨੂੰ ਦੱਸਿਆ ਨਾ, ਫਿਰ ਇਹੀ ਆਪਣਾ ਵਲੌਗ ਆਪਣਾ ਕਮੈਂਟ ਰੀਡ ਕਰ ਲਈਦੇ ਆ, ਸੋ ਤਾਂ ਕਰਕੇ ਅੱਗੇ ਪਿੱਛੇ ਸਾਰਾ ਕੁਛ ਹੋ ਜਾਂਦਾ ਹੈ। ਸੋ ਸਭ ਤੋਂ ਪਹਿਲਾਂ ਕਮੈਂਟ ਹੈ ਸੂਦ ਬਾਈ ਦਾ, ਇਹ ਕਹਿੰਦੇ ਆ ਬਹੁਤ ਹੀ ਘੈਂਟ ਵਲੌਗ ਲੱਗ ਰਿਹਾ ਹੈ, ਤੁਸੀਂ ਦੋਨੋਂ ਵੀ ਬਹੁਤ ਘੈਂਟ ਲੱਗ ਰਹੇ ਹੋ, ਤੁਸੀਂ ਦੋਨੋਂ ਦਿਲ ਖੁਸ਼ ਹੋ ਗਿਆ, ਅੱਜ ਤਾਂ ਮੈਂ ਤੁਹਾਡੇ ਤੋਂ ਨਜ਼ਰ ਨਾਰਾਜ਼ ਨਾਰਾਜ਼ ਲਿਖਿਆ, ਵੈਸੇ ਨਜ਼ਰ ਲਿਖਿਆ ਇਹਨਾਂ ਨੇ, ਮਤਲਬ ਨਾਰਾਜ਼ ਲਿਖਣਾ ਚਾਹੁੰਦੇ ਆ, ਨਾਰਾਜ਼ ਹਾਂ ਪਰ ਤੁਸੀਂ ਪੁੱਛੋਗੇ ਕਿਉਂ ਪਰ ਮੈਂ ਨਹੀਂ ਦੱਸਣਾ, ਹੁਣ ਤੁਸੀਂ ਸੋਚੋ ਮੈਂ ਗੁੱਸੇ ਕਿਉਂ ਹਾਂ, ਕਿਉਂ ਉਸੇ ਹੈ ਵੀ ਇਹ ਕੁਛ ਤੋਂ ਗੜਬੜ ਹੈ, ਕੁਛ ਤੋਂ ਗੜਬੜ ਹੈ, ਕੁਛ ਤੋਂ ਗੜਬੜ ਹੈ, ਕੁਛ ਤੋਂ ਗੜਬੜ, ਪਤਾ ਨਹੀਂ ਬਾਈ ਕਾਤੋਂ ਨਾਰਾਜ਼ ਹੋ, ਤੁਸੀਂ ਆਪ ਹੀ ਦੱਸ ਦਿਓ ਜਰਾ ਕਿ ਕਿਉਂ ਨਾਰਾਜ਼ ਹੋ। ਜੇ ਬਾਕੀ ਤੁਸੀਂ ਕਹੋਗੇ ਤੇ ਮੇਰਾ ਕਮੈਂਟ ਰੀਡ ਨਹੀਂ ਕਰਦੇ, ਤੁਸੀਂ ਪਿਛਲੇ ਕਾਫੀ ਦਿਨਾਂ ਤੋਂ ਕਮੈਂਟ ਹਾਰਟ ਹਾਰਟ ਕਰਦੇ ਆ ਰਹੇ ਹੋ, ਸੋ ਆਪਾਂ ਤੁਹਾਡੇ ਕਮੈਂਟ ਰੀਡ ਕੀਤੇ ਸੀ ਕਿ ਤੁਹਾਡਾ ਆਇਆ ਹਾਰਟ ਹਾਰਟ ਹਾਰਟ। ਹਾਂਜੀ, ਤੇ ਉਸ ਤੋਂ ਅਗਲਾ ਹੈ ਕਮਲ ਚੁੰਬੜ, ਇਹ ਕਹਿੰਦੇ ਦੀ ਸਾਰਿਆਂ ਨੇ ਬੋਲਣਾ ਬ੍ਰੋ ਹੀ ਕੰਮ ਕਰਦੇ ਆ ਸਾਰੇ ਹੋਮ ਦਾ, ਮੈਂ ਕਰਦਾ ਜੀ ਮੈਂ ਕਰਦਾ, ਬੜਾ ਕੰਮ ਕਰਦੇ ਇਹ ਦੀ। ਇਹ ਕਮੈਂਟ ਮੈਂ ਹੀ ਕੀਤਾ ਸੀ ਜਿੱਦਾਂ ਪਿਛਲੇ ਵਲੌਗ 'ਚ ਆਪਾਂ ਰੀਡ ਕੀਤਾ ਸੀ, ਤੁਸੀਂ ਰੀਡ ਨਹੀਂ ਕੀਤਾ ਸੀ, ਮੈਂ ਫਿਰ ਡਿਲੀਟ ਕਰ ਦਿੱਤਾ ਸੀ, ਜਿਹੜਾ ਉਹ ਟੈਟੂ ਵਾਲਾ ਸੀ ਉਹ ਕਹਿ ਰਿਹਾ, ਮੈਂ ਦੱਸਦਾ ਕੀ ਚੱਕਰ ਪਿਆ ਸੀਗਾ, ਅੱਜ ਤੁਸੀਂ ਰੀਡ ਕਰ ਦਿੱਤਾ, ਆਈ ਐਮ ਹੈਪੀ। ਅੱਛਾ ਮੈਂ ਦੱਸਦਾ ਕੀ ਚੱਕਰ ਹੈਗਾ, ਇਹ ਆਪਣਾ ਨਾ ਵਲੌਗ ਆਪਣਾ ਕੰਪਲੀਟ ਕਰਤਾ ਸੀਗਾ, ਕਮੈਂਟ ਵੀ ਰੀਡ ਕਰਤੇ, ਤੁਹਾਡਾ ਕਮੈਂਟ ਆਇਆ ਸੀ ਆਈ ਥਿੰਕ 12:01 ਵਜੇ ਦੇ ਵਿੱਚ ਵਿੱਚ, ਹਾਂ ਇਸ ਕਰਕੇ। ਸੋ ਉਸ ਤੋਂ ਬਾਅਦ ਜਿਹੜਾ ਕਮੈਂਟ ਹੈਗਾ ਆ, ਇਹ ਕਹਿੰਦੇ ਆ ਪੂਜਾ ਸ਼ਹੂਰ, ਇਹ ਕਹਿੰਦੇ ਦਿਲ ਬਹੁਤ ਲੱਗਦਾ ਤੁਹਾਡੇ ਵਲੌਗਸ ਦੇਖ ਕੇ, ਧੰਨਵਾਦ ਜੀ, ਤੁਸੀਂ ਬਹੁਤ ਨਾਈਸ ਹੋ ਸਿਸਟਰ ਜੀ, ਬ੍ਰਦਰ ਜੀ, ਗੋਡ ਬਲੈਸ ਯੂ, ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ, ਬਾਬਾ ਜੀ ਤੁਹਾਨੂੰ ਵੀ ਖੁਸ਼ ਰੱਖੇ ਜੀ। ਤੇ ਇੱਕ ਸਾਡੇ ਨਾਲ ਬੜੇ ਨਾਰਾਜ਼ ਹੈ, ਇਹ ਹੈਗੇ ਮਜੈਲੀਨ ਕਰਕੇ ਇਹਨਾਂ ਦੀ ਆਈਡੀ, ਮਜੈਲੀਨ, ਹਾਂ ਕਹਿੰਦੇ ਤੁਸੀਂ ਆਪਣੇ ਨੋਨਸ ਦੇ ਰਿਪਲਾਈ ਕਰਦੇ, ਬਸ ਆ ਤਾਂ ਆਖਰੀ ਕਮੈਂਟ ਹੈ ਮੇਰਾ ਅਮਨ ਐਂਡ ਜਸ ਬਾਏ, ਇਹਨਾਂ ਦਾ ਮੈਂ ਦੱਸਦੀ ਆ, ਇਹਨਾਂ ਦਾ ਕਮੈਂਟ ਜਿਹੜਾ ਪਹਿਲਾਂ ਆਇਆ ਸੀ ਜਿਹੜਾ ਮਿਸਿੰਗ ਸੀ, ਹੈ ਨਾ ਸਾਡੇ ਕੋਲੋਂ, ਉਹ ਹੈਗਾ ਆ ਕਹਿੰਦੇ ਮੈਂ ਸੱਚੀ ਕੋਈ ਵਲੌਗ ਨਹੀਂ ਦੇਖਦੀ ਕਿਸੇ ਦਾ ਵੀ, ਪਰ ਆਹ ਤੁਹਾਡਾ ਮੈਂ ਅੱਜ ਵਲੌਗ ਦੇਖਿਆ ਤੇ ਬਹੁਤ ਫਨੀ ਤੇ ਕਿਊਟ ਤੁਸੀਂ ਲੱਗੇ ਮੈਨੂੰ, ਹੁਣ ਤਾਂ ਮੈਂ ਕੋਈ ਵਲੌਗ ਨਹੀਂ ਮਿਸ ਕਰਨਾ, ਤੁਹਾਡਾ ਲਾਈਕ ਸਬਸਕ੍ਰਾਈਬ ਕਰਤਾ, ਪਹਿਲਾਂ ਤਾਂ ਮਜੈਲੀਨ ਜੀ ਤੁਹਾਡਾ ਬਹੁਤ ਬਹੁਤ ਥੈਂਕ ਯੂ, ਦੂਜੀ ਗੱਲ ਇਹ ਇਹ ਤੁਹਾਡੇ ਨਾਲ ਵੀ ਇਹੀ ਚੀਜ਼ ਹੋਈ ਵੀ ਤੁਹਾਡਾ ਕਮੈਂਟ ਬਾਅਦ 'ਚੋਂ ਆਇਆ ਤੇ ਆਪਾਂ ਤਾਂ ਕਰਕੇ ਰੀਡ ਨਹੀਂ ਕਰ ਪਾਏ, ਔਰ ਇਹ ਚੀਜ਼ ਹੈ ਆਪਾਂ ਇਹ ਚੀਜ਼ ਨਹੀਂ ਹੈਗੀ ਵੀ ਸਿਰਫ ਨੋਨ ਦਾ ਹੀ ਕਮੈਂਟ ਰੀਡ ਕਰਦੇ, ਸਾਡੇ ਲਈ ਤੁਸੀਂ ਸਾਰੇ ਨੋਨ ਹੋ, ਹਾਂ ਤੁਸੀਂ ਸਾਡੀ ਫੈਮਿਲੀ ਹੋ, ਸੋ ਸਾਡੇ ਲਈ ਸਾਰੇ ਹੀ ਇਕੁਅਲ ਆ, ਸਹੀ ਗੱਲ ਆ, ਹੈ ਨਾ। ਹਾਂਜੀ ਇੱਕ ਕਮੈਂਟ ਹੋਰ ਸੀ ਵਿੱਚੋਂ, ਇੱਕ ਸੀਗਾ ਉਹਨਾਂ ਨੇ ਪੁੱਛਿਆ ਸੀਗਾ ਵੀ ਦੀ ਰੋਸ਼ਨੀ ਵਰਮਾ, ਦੀਦੀ ਤੁਹਾਡੇ ਮੋਮ ਡੈਡ ਨਹੀਂ ਗੇ ਤੇ ਤੁਸੀਂ ਕਿੰਨੇ ਬ੍ਰੋ ਸਿਸ ਹੋ? ਹਾਂਜੀ ਮੇਰੇ ਮੋਮ ਡੈਡ ਤਾਂ ਨਹੀਂ ਹੈ, ਮੈਂ ਤੇ ਜਿਹੜੇ ਦਿੱਲੀ ਵਾਲੇ ਬ੍ਰਦਰ ਆ ਉਹ, ਅਸੀਂ ਦੋ ਜਾਣੇ ਆ।
ਤੇ ਅੱਜ ਦਾ ਵਲੌਗ ਆਪਾਂ ਇੱਥੇ ਐਂਡ ਕਰਦੇ, ਇੰਨੇ ਕੁ ਕਮੈਂਟ ਸੀਗੇ, ਸੋ ਕਮੈਂਟ ਅੱਗੇ ਪਿੱਛੇ ਹੁੰਦੇ, ਨਾਰਾਜ਼ ਨਾ ਆਇਆ ਕਰੋ, ਖੁਸ਼ ਰਿਹਾ ਕਰੋ, ਹੱਸੇ ਪਾਸੇ ਰਿਹਾ ਕਰੋ, ਜੇ ਤੁਹਾਨੂੰ ਏਦਾਂ ਕੁਝ ਲੱਗਦਾ ਦੁਬਾਰਾ ਕਮੈਂਟ ਕਰਦਿਆ ਕਰੋ, ਆਪਾਂ ਪੱਕਾ ਬਾਤ ਆ ਗਈ ਮੇਰੀ, ਚਲੋ ਨਵੇਂ ਵਲੌਗ ਨਾਲ ਫਿਰ ਮਿਲਾਂਗੇ, ਉਦੋਂ ਤੱਕ ਲਈ ਬਾਏ ਬਾਏ ਐਂਡ ਟੇਕ ਕੇਅਰ।